ਮੰਦਰ 'ਚ ਤੁਹਾਨੂੰ ਪਤਾ ਕੀ ਕੰਮ ਹੋ ਰਿਹਾ, ਇਹਦੇ ਰਿਲੇਟਡ ਤੁਸੀਂ ਕੁਛ ਕਹਿਣਾ ਚਾਹੋਗੇ? ਜੀ, ਮੰਦਰ ਪਹਿਲਾਂ ਵੀ ਉਹੀ ਸੀ, ਮੱਥਾ ਟੇਕਣਾ ਲਿਆ, ਅੱਜ ਵੀ ਉਹੀ ਹੈ। ਨਹੀਂ, ਤੁਹਾਨੂੰ ਮੰਦਰ ਕੁਛ ਚੇਂਜ ਨਹੀਂ ਰਿਹਾ ਪਹਿਲਾਂ ਨਾਲ ਅਤੇ ਹੁਣ ਨਾਲ ਕੁਛ ਚੇਂਜ ਨਹੀਂ ਰਿਹਾ? ਚੇਂਜ ਹੁਣ ਸਫਾਈ ਸਫੂਈ ਵਧੀਆ ਹੋਣ ਲੱਗੀ ਚਾਰੋਂ ਪਾਸੇ। ਪਹਿਲਾਂ ਸਫਾਈ ਨਹੀਂ ਸੀਗੀ? ਜੀ, ਪਹਿਲਾਂ ਵੀ ਸਫਾਈ ਸੀਗੀ, ਬੰਦੇ ਇੱਥੇ ਆ ਕੇ। ਤੁਹਾਨੂੰ ਕੀ ਯਾਦ ਹੈ ਵੀ ਪਹਿਲਾਂ ਬੰਦੇ ਨੂੰ ਬਾਹਰ ਕੱਢ ਕੇ ਚੰਗਾ ਕੀਤਾ ਕਿ ਗਲਤ ਕੀਤਾ, ਕਿਵੇਂ ਕੀਤਾ? ਮੰਦਰ ਪੰਡਿਤ ਤਾਂ ਜਿਵੇਂ ਨਹੀਂ, ਪੰਡਿਤ ਚੇਂਜ ਹੋਏ ਨਹੀਂ, ਹੁਣ ਜਿੱਦੀ ਪ੍ਰੋਪਰਟੀ ਛੀਨ ਗਈ, ਹੁਣ ਜਿੱਦੀ ਪ੍ਰੋਪਰਟੀ ਖੋਈ ਗਈ ਹੈ, ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ, ਚੰਗਾ ਹੋਇਆ ਕਿ ਮਾੜਾ ਹੋਇਆ? ਸਮਝੇ ਜੀ, ਹੁਣ ਕਿੰਨੇ ਸਾਲ ਤੋਂ ਹੋ ਰਹੇ ਨੇ ਇੱਥੇ ਪ੍ਰਮੋਦ, ਤੁਸੀਂ ਇਹਨੇ ਗਲਤ ਕੀਤਾ ਨਾ? ਗਲਤੀ ਕਰੇ? ਠੀਕ ਹੈ, ਥੈਂਕ ਯੂ, ਥੈਂਕ ਯੂ ਸਰ। ਉਹੀ ਸਰ ਪੁੱਛਣਾ ਚਾਹੁੰਦੇ ਆ ਵੀ ਪ੍ਰਮੋਦ ਵਾਸਤੇ ਵੀ ਗਲਤ ਕੀਤਾ ਜਾ ਰਿਹਾ? ਨਹੀਂ, ਹੁਣ ਤੁਸੀਂ ਪਾਠਕ ਪੈਦਾ ਹੋਇਆ ਇਹ, ਤੁਸੀਂ ਜਿਹੜੇ ਨਵੇਂ ਬੰਦੇ ਨੂੰ ਰੱਖਣਾ ਚਾਹੁੰਦੇ ਹੋ ਕਿ ਨਹੀਂ ਰੱਖਣਾ ਚਾਹੁੰਦੇ? ਇਹਦੇ ਬਾਰੇ ਤਾਂ ਕੀ ਕਹਿ ਸਕਦੇ ਹੁਣ, ਇਹ ਤਾਂ ਸੰਸਥਾ ਦੱਸ ਸਕਦੀ ਜੀ ਕੌਣ ਹੈ। ਨਹੀਂ, ਸੰਸਥਾ ਸਹੀ ਜਮਾਂ, ਇਹਨਾਂ ਨੂੰ ਪੰਡਤ ਨੂੰ ਰਹਿਣ ਵਾਸਤੇ ਘਰ ਦੇਣਾ ਚਾਹੀਦਾ, ਨਹੀਂ ਦੇਣਾ ਚਾਹੀਦਾ? ਮੰਦਰ ਨੂੰ ਸਾਡੇ ਵੱਲੋਂ ਕਿਸੇ ਦਾ ਕੋਈ ਕਬਜ਼ਾ ਨਹੀਂ ਦਵਾਇਆ ਗਿਆ, ਉਹ ਤਾਂ ਮਾਣਯੋਗ ਜ਼ਿਲ੍ਹਾ ਮੈਜਿਸਟਰੇਟ ਸਾਹਿਬ ਦੇ ਨਵੇਂ ਹੁਕਮ ਨੇ ਕਿ ਇਸ ਮੰਦਰ ਦੇ ਵਿੱਚ ਜਿਉਂ ਦੀ ਤਿਉਂ ਸਥਿਤੀ ਬਹਾਲ ਰੱਖੀ ਜਾਵੇ। ਕਿਸੇ ਪ੍ਰਸ਼ਾਸਨ ਨੇ ਕਿਸੇ ਤੋਂ ਨਾ ਤਾਂ ਘਰ ਖਾਲੀ ਕਰਵਾਇਆ ਸੀ, ਨਾ ਹੀ ਕਿਸੇ ਤੋਂ ਕਰਾਉਣਾ। ਜੋ ਜਿੱਥੇ ਪਹਿਲਾਂ ਬੈਠਾ ਸੀ ਉਸੇ ਤਰ੍ਹਾਂ ਦੀ ਜਿਉਂ ਦੀ ਤਿਉਂ ਸਥਿਤੀ ਮੇਨਟੇਨ ਰਹੇਗੀ। ਜੋ ਹੁਣ ਸਥਿਤੀ ਹੈ, ਪੁਰਾਣੇ ਪੁਜਾਰੀ ਆਪਣੇ ਘਰ 'ਚ ਬੈਠੇ ਨੇ ਅਤੇ ਨਵੀਂ ਐਡਮਿਨਿਸਟ੍ਰੇਸ਼ਨ ਮੰਦਰ ਦਾ ਕੰਮ ਕਾਰ ਚਲਾ ਰਹੀ ਹੈ। ਜੋ ਕੋਈ ਵੀ ਵਿਅਕਤੀ ਪ੍ਰਸ਼ਾਸਨ ਲੱਗਾ ਕਰੇਗਾ, ਉਸ ਵੱਲੋਂ ਕਿਸ ਤਰ੍ਹਾਂ ਕਰੋਗੇ? ਪੰਡਿਤ ਪਰਿਵਾਰ ਨੇ ਇੱਕ ਦਰਖਾਸਤ ਦਿੱਤੀ ਹੈ ਕਿ ਪਾਠਕ ਨੇ ਉਹਨਾਂ ਦਾ ਸਮਾਨ ਚੋਰੀ ਕੀਤਾ ਹੈ ਅਤੇ ਕੋਈ ਮਿਸਬਿਹੇਵ ਵੀ ਕੀਤਾ ਹੈ। ਉਹ ਦਰਖਾਸਤ ਮੇਰੇ ਕੋਲ ਪਹੁੰਚਦੀ, ਜੋ ਹੋਊਗਾ ਜੋ ਬਣਦੀ ਕਾਰਵਾਈ ਕਰ ਦਿੰਦੇ। ਥੈਂਕ ਯੂ।